ਵਾਇਰਲ ਵੀਡੀਓ ਨਾਲ ਜੁੜੀ ਹੋਈ ਹੈ ਜੋ ਸਿੱਧੂ ਮੂਸੇਵਾਲਾ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ ਜੋ ਜੰਗਲ ਦੀ ਅੱਗ ਵਾਂਗ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਜਿਸ 'ਚ ਪੰਜਾਬ ਪੁਲਿਸ ਦੇ ਜਵਾਨ ਇੱਕ ਜਵਾਨ ਨੂੰ AK-47 ਨਾਲ ਸ਼ੂਟਿੰਗ ਰੇਂਜ 'ਚ ਫਾਇਰਿੰਗ ਕਰਵਾ ਰਹੇ ਨੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪਰ ਇਸ ਦੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਪਰ ਇਸ ਵੀਡੀਓ ਨੂੰ ਅਪਲੋਡ ਕਰਨ ਵਾਲਾ ਜੋ ਸ਼ਖਸ ਹੈ ਜਿਸ ਦਾ ਨਾਮ ਜੁਗਰਾਜ ਸਿੰਘ ਮਾਨ ਹੈ ਜੋ ਖੁਦ ਪੰਜਾਬ ਪੁਲਿਸ 'ਚ ASI ਹੈ ਜਿਸ ਵੱਲੋਂ ਇਹ ਵੀਡੀਓ ਪਹਿਲਾਂ ਟਿਕਟੋਕ ਅਕਾਊਂਟ ਤੇ ਅਪਲੋਡ ਕੀਤੀ ਗਈ ਤੇ ਫਿਰ ਇਸ ਵੀਡੀਓ ਨੂੰ ਡਿਲੀਟ ਵੀ ਕਰ ਦਿੱਤਾ ਗਿਆ ਇਹ ਵੀਡੀਓ ਕੋਰੋਨਾ ਸੰਕਟ ਦਰਮਿਆਨ ਦੀ ਹੀ ਦੱਸੀ ਜਾ ਰਹੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਹੁਣ ਮਾਨਸਾ ਦੇ ਜੱਦੀ ਪਿੰਡ ਮੂਸੇ 'ਚ ਹੀ ਰੁਕਿਆ ਹੋਇਆ ਹੈ ਪਹਿਲਾਂ ਵੀਡੀਓ ਵੇਖਦੇ ਹਾਂ ਵੀਡੀਓ ਕਈ ਵੱਡੇ ਸਵਾਲ ਪੈਦਾ ਕਰ ਗਈ ਹੈ ਕਿਉਂਕਿ ਇਸ ਤਰ੍ਹਾਂ ਸ਼ੂਟਿੰਗ ਕਰਵਾਉਣਾ ਉਹ ਵੀ ਇੱਕ ਸਿਵਿਲੀਅਨ ਨੂੰ ਜੋ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਜੇਕਰ ਇਹ ਉਲੰਘਣਾ ਕਰਦਾ ਹੈ ਤਾਂ ਫਿਰ ਦੱਸਿਆ ਜਾਵੇ ਕਿ ਕਿਹੜੇ ਪੁਲਿਸ ਦੇ ਸੀਨੀਅਰ ਅਫਸਰ ਦੇ ਕਹਿਣ ਤੇ ਸ਼ੌਕੀਆ ਮੁਹਾਰਤ ਹਾਸਲ ਕਰਵਾਈ ਜਾ ਰਹੀ ਹੈ ਬਿਊਰੋ ਰਿਪੋਰਟ ਪੰਜਾਬੀ ਟੀਵੀ ਮੰਗਿਆ ਉਹਦੇ ਸੈਕਟਰ ਕਹਿੰਦਾ।